ਸਪਾ ਸੈਂਟਰ ਵਾਲਿਆਂ ਨੂੰ ਇਹ ਸ਼ਖਸ ਜੋ ਸੀਸੀਟੀਵੀ ਦੇ ਵਿੱਚ ਦਿਖ ਰਿਹਾ ਏ ਆਪਣੇ ਆਪ ਨੂੰ ਪੁਲਿਸ ਵਾਲਾ ਦੱਸ ਰਿਹਾ ਹੁੰਦਾ ਏ। ਸਪਾ ਸੈਂਟਰ ਵਾਲਿਆਂ ਨੂੰ ਇਸਦੀ ਸ਼ਕਲ ਵੇਖ ਕੇ ਸ਼ੱਕ ਹੋਇਆ। ਸਪਾ ਸੈਂਟਰ ਵਾਲਿਆਂ ਨੇ ਪੁਲਿਸ ਅਸਲੀ ਸੱਦ ਲਈ। ਜਦ ਅਸਲੀ ਪੁਲਿਸ ਆਈ ਇਸ ਸ਼ਖਸ ਨੂੰ ਮੌਕੇ 'ਤੇ ਧਰ ਦਬੋਚ ਲਿਆ ਗਿਆ। ਤਾਂ ਦੱਸ ਦਈਏ ਕਿ ਫਰਜ਼ੀ ਇੰਸਪੈਕਟਰ ਕਾਬੂ ਕੀਤਾ ਏ ਪੰਜਾਬ ਪੁਲਿਸ ਨੇ। ਇਸਦੇ ਕੋਲੋਂ ਪਿਸਟਲ, ਕਈ ਜਿੰਦਾ ਰੌਂਦ ਬਰਾਮਦ ਹੋਏ ਨੇ ਅਤੇ ਕਈ ਲੋਕਾਂ ਦੇ ਕੋਲੋਂ ਇਹ ਹੁਣ ਤੱਕ ਵਸੂਲੀ ਕਰ ਚੁੱਕਿਆ ਹੈ। ਤਸਵੀਰਾਂ ਲੁਧਿਆਣਾ ਦੇ ਬੱਸ ਸਟੈਂਡ ਚੌਕੀ ਦੀਆਂ ਨੇ ਜਿੱਥੇ ਗੁਪਤ ਸੂਚਨਾ ਆਧਾਰ 'ਤੇ ਪੁਲਿਸ ਨੇ ਰੇਡ ਕੀਤੀ ਹੈ। ਦਰਅਸਲ ਇੱਕ ਸਪਾ ਸੈਂਟਰ 'ਤੇ ਰੇਡ ਤਾਂ ਹੋਈ ਸਪਾ ਸੈਂਟਰ ਵਾਲਿਆਂ ਨੂੰ ਫੜਨ ਦੇ ਲਈ ਨਹੀਂ, ਨਕਲੀ ਇੰਸਪੈਕਟਰ ਨੂੰ ਫੜਨ ਲਈ। ਇਸ ਕਰਕੇ ਉੱਥੇ ਰੇਡ ਹੋਈ, ਫੜਿਆ ਗਿਆ ਏ ਨਕਲੀ ਇੰਸਪੈਕਟਰ। ਤੁਹਾਨੂੰ ਦੱਸ ਦਈਏ ਕਿ ਸਪੈਸ਼ਲ ਸੈੱਲ ਦਾ ਆਪਣੇ ਆਪ ਨੂੰ ਇੰਸਪੈਕਟਰ ਦੱਸ ਕੇ ਇਹਨਾਂ ਲੋਕਾਂ ਦੇ ਕੋਲ ਡਿਮਾਂਡ ਕਰ ਰਿਹਾ ਸੀ ਪੈਸਿਆਂ ਦੀ, ਅਤੇ ਦੂਸਰਾ ਇਸਦਾ ਸਾਥੀ ਗੱਡੀ ਦੇ ਵਿੱਚ ਬੈਠਾ ਸੀ। ਹਾਲਾਂਕਿ ਉਹ ਤਾਂ ਹਾਲੇ ਫਰਾਰ ਹੈ, ਪਰ ਇਹ ਨਕਲੀ ਇੰਸਪੈਕਟਰ ਫੜਿਆ। ਦੇਖੋ ਸੀਸੀਟੀਵੀ ਤਸਵੀਰਾਂ ਅਤੇ ਜਾਣਦੇ ਹਾਂ ਕਿ ਆਖਿਰਕਾਰ ਪੂਰਾ ਮਾਮਲਾ। ਇਹ ਇੱਥੇ ਕੱਲ੍ਹ ਆਇਆ ਸੀਗਾ ਜੀ, ਆਪਣੇ ਤੰਗ ਪੈਂਦਾ ਜੀ, ਸਪਾ ਸੈਂਟਰ ਬਣਿਆ ਅਤੇ ਉੱਥੇ ਆਇਆ ਸੀਗਾ ਜੀ। ਇਹ ਕਹਿੰਦਾ ਮੈਂ ਸਪੈਸ਼ਲ ਬ੍ਰਾਂਚ ਲੱਗਾ ਹੋਇਆ ਅਤੇ ਮੈਨੂੰ 5,000 ਰੁਪਈਆ ਦਿਓ। ਉਹਨਾਂ ਨੇ ਕਿਹਾ 5,000 ਸਾਡੇ ਕੋਲ ਹੈ ਨੀਗਾ, 2,000 ਰੁਪਏ ਲੈ ਲਓ ਸਾਡੇ ਕੋਲੋਂ। ਇਹ ਕਹਿੰਦਾ ਮੈਂ ਤੁਹਾਡੇ ਸਾਰਿਆਂ ਨੂੰ ਪੜ੍ਹ ਕੇ ਲੈ ਜੂੰਗਾ। ਜਦੋਂ ਉੱਥੇ ਉਹਨਾਂ ਕੋਲ ਗਿਆ, ਉਹਨਾਂ ਨੇ ਮੈਨੂੰ ਫੋਨ ਕਰਤਾ, ਅਸੀਂ ਮੁੱਖ 'ਤੇ ਨਾਕਾ ਲੱਗਾ ਸੀ, ਅਸੀਂ ਪਹੁੰਚ ਗਏ। ਇਹਨੂੰ ਜਦੋਂ ਪਕੜਿਆ ਔਰ ਇਹ ਨਾਲ ਦਾ ਸਾਥੀ ਸੀ ਉਹ ਕਾਰ 'ਚ ਬੈਠਾ ਸੀਗਾ, ਉਹ ਕਾਰ 'ਚ ਫਰਾਰ ਹੋ ਗਿਆ। ਇਹਨੂੰ ਲਿਆ ਕੇ ਅਸੀਂ ਇਹਦੇ ਪਰਚਾ ਦਰਜ ਕਰਕੇ ਅੱਜ ਇਹਨੂੰ ਪੇਸ਼ ਕੀਤਾ। ਇਹਦੇ 'ਤੇ ਜੱਜ ਸਾਹਿਬ ਨੇ ਇੱਕ ਦਿਨ ਦਾ ਪੋਸਟਰ ਮਾਰਨ ਦਾ ਹੁਕਮ ਫਰਮਾਇਆ ਸੀ। ਅੱਗੇ ਪੁੱਛ ਗਏ ਜਾ ਰਹੀ ਹੈ, ਜੋ ਵੀ ਅੱਗੇ ਹੋਊਗਾ ਅਮਲ 'ਚ ਲਿਆਂਦਾ ਜਾਊਗਾ। ਅਤੇ ਸਰ ਆਪਣੇ ਆਪ ਨੂੰ ਇੰਸਪੈਕਟਰ ਦੱਸਦੇ ਸੀ, ਕੀ ਰੈਂਕ ਦੱਸਿਆ? ਇਹਦਾ ਸਪੈਸ਼ਲ ਬ੍ਰਾਂਚ ਇੰਸਪੈਕਟਰ ਲੱਗਾ ਹੋਇਆ। ਇੰਸਪੈਕਟਰ ਲੱਗਾ ਅਤੇ ਸਰ ਇਹਦੇ ਕੋਲ ਬਰਾਮਦ ਕੀ ਕੀ ਹੋਇਆ ਜੀ? ਇਹਦੇ ਕੋਲ ਇੱਕ ਪਿਸਟਲ ਬਰਾਮਦ ਹੋਇਆ ਜੀ, 5-4 ਰਾਊਂਡ ਜਿੰਦਾ ਬਰਾਮਦ ਹੋਇਆ ਜੀ। ਅਤੇ ਸਰ ਜਿਹੜਾ ਪਿਸਟਲ ਹੈ ਉਹ ਲਾਇਸੈਂਸੀ ਪਿਸਟਲ ਦੇ ਨਾਂ 'ਤੇ ਲਾਇਸੈਂਸੀ ਪਿਸਟਲ ਹੈ ਜੀ। ਅਤੇ ਸਰ ਗੱਲ ਕਰੀਏ ਚੋਣ ਜ਼ਾਬਤਾ ਲੱਗਾ, ਜਿਹੜੇ ਲਾਇਸੈਂਸ ਜਿਹੜੇ ਲਾਇਸੈਂਸੀ ਅਸਲੇ ਦਾ ਉਹ ਸਰ ਜਮ੍ਹਾਂ ਹੋ ਜਾਂਦੇ? ਜਿਨ੍ਹਾਂ ਨੇ ਅਸਲਾ ਨਹੀਂ ਜਮ੍ਹਾਂ ਕਰਾਇਆ ਚੋਣ ਜ਼ਾਬਤੇ ਦੌਰਾਨ, ਉਹਨਾਂ ਦੇ ਨਾਲ 188 ਦਾ ਪਰਚਾ ਦਿੱਤਾ ਗਿਆ ਜੀ, ਉਹ ਧਾਰਾ ਲਗਾਈ ਗਈ। ਅਤੇ ਸਰ ਲੱਗਦਾ ਕਿ ਹੋਰ ਵੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਇਆ, ਕਿਉਂਕਿ ਇਹ ਤਾਂ ਪਤਾ ਲੱਗ ਗਿਆ ਉਹਨਾਂ ਨੂੰ ਸ਼ੱਕ ਹੋ ਗਿਆ ਸੀਗਾ? ਇਹ ਦੌਰਾਨੇ ਹੁਣ ਰਿਮਾਂਡ 'ਤੇ ਅਸੀਂ ਪੁੱਛਗਿੱਛ ਕਰਾਂਗੇ, ਜੋ ਵੀ ਪੁੱਛਗਿੱਛ ਅੱਗੇ ਆਏਗਾ ਉਹ ਸਭ ਕੁਝ। ਸਰ ਯੂਨੀਫਾਰਮ ਵਗੈਰਾ ਮਿਲੀ ਇਹਨਾਂ ਕੋਲ? ਇਹਨਾਂ ਕੋਲ ਖਾਕੀ ਪੈਂਟ ਪਾਈ ਸੀ ਔਰ ਸਿਵਲ ਦੀ ਕਮੀਜ਼ ਪਾਈ ਸੀ, ਕਾਲੇ ਬੂਟ ਪਾਏ ਸੀ। ਤਾਂ ਸਰ ਜਿਹੜਾ ਨਾਲ ਦਾ ਵਿਅਕਤੀ ਸੀ ਉਹ ਵੀ ਆਪਣੇ ਮੁਲਾਜ਼ਮ ਦੱਸਦਾ? ਉਹ ਵੀ ਦੱਸਦੇ ਮੁਲਾਜ਼ਮ ਲੱਗਾ, ਉਹ ਕਾਰ 'ਚ ਬੈਠਾ ਸੀ ਪਰ ਉਹ ਜਦੋਂ ਇਹਨੂੰ ਫੜਿਆ ਉਹ ਮੌਕੇ ਤੋਂ ਭੱਜ ਗਿਆ। ਕਾਰ ਦਾ ਨੰਬਰ ਇਹਨੇ ਫੜਿਆ, PB13 ਅੱਗੇ ਨੰਬਰ ਨਹੀਂ ਫੜਿਆ ਗਿਆ, ਪਰ ਉਹ ਕੈਮਰਾ ਦੌਰਾਨ ਕਾਰ ਦਾ ਨੰਬਰ ਦੇਖ ਕੇ ਅਤੇ ਉਹਨੂੰ ਵੀ ਛੇਤੀ ਪਕੜਿਆ। ਸਰ ਲੱਗਦਾ ਕਿ ਇਹ ਜਿਹੜੇ ਕੋਈ CCTV ਵਗੈਰਾ ਸਾਹਮਣੇ ਆਈ ਜੀ? CCTV ਫੋਟੋ ਜਿਹੜਾ ਉੱਥੋਂ ਪੈਸੇ ਮੰਗਦੇ ਸੀ ਉਹ ਸਾਹਮਣੇ ਆਈ ਜੀ, ਉਹ CCTV ਨਾਲ ਲਗਾਈ ਜਾਊਗੀ ਜੀ, ਉਹ ਵਿੱਚ ਆ ਗਈ ਇਹਨਾਂ ਦੀ ਜਦੋਂ ਦੁਕਾਨ 'ਚ ਵੜੇ ਨੇ। ਖਾਕੀ ਪੈਂਟ ਹੀ ਮਿਲੀ, ਬਾਕੀ ਬਰਾਮਦ ਕਰਾਉਣਿਆ ਰਿਮਾਂਡ ਮਿਲਿਆ ਜੀ। ਆਈ ਕਾਰਡ ਪੁਲਿਸ ਦਾ ਨੀ ਬਣਾਇਆ ਸੀ, ਆਈ ਕਾਰਡ ਸਿਰਫ ਦੂਜਾ ਜਿਹੜਾ ਮਿਲਿਆ, ਜਿਹੜਾ ਬਣਾਉਣੇ ਸ਼ਨਾਖਤੀ ਕਾਰਡ ਉਹ ਤੋਂ ਮਿਲਿਆ, ਅਤੇ ਜਿਹੜਾ ਪੁਲਿਸ ਵਾਲਾ ਕਾਰਡ ਨਹੀਂ ਬਣਾਇਆ ਸੀ ਉਹ ਸਿਰਫ ਪੁਲਿਸ ਵਾਲਾ ਦਾ ਨਾਂ ਲੈ ਕੇ ਸਪੈਸ਼ਲ ਬ੍ਰਾਂਚ ਦਾ ਇਹ ਲੋਕਾਂ ਨੂੰ ਪੈਸੇ ਫਰੋੜਦਾ ਸੀਗਾ। ਕਿੰਨੇ ਲੋਕਾਂ ਨੂੰ ਹੁਣ ਤੱਕ ਇਹਨੇ ਫਰੋਡਬਾਜ਼ੀ ਕਰ ਚੁੱਕਾ? ਇਹ ਮੁਤਾਬਕ ਦੱਸਦੇ 2-3 ਸਪਾਵਾਂ 'ਤੇ ਮੈਂ ਗਿਆ, ਪਰ ਰਿਮਾਂਡ ਲਿਆ, ਰਿਮਾਂਡ 'ਤੇ ਪੁੱਛ ਗਿੱਛ ਕਰਕੇ ਜੋ ਵੀ ਅੱਗੇ ਆਏਗਾ ਉਹ ਅਮਲ 'ਚ ਲਿਆਂਦਾ ਜਾਊਗਾ। ਨੌਜਵਾਨ ਪੜ੍ਹਿਆ ਲਿਖਿਆ ਜੀ? ਇਹ +2 ਪਾਸ ਜੀ। +2 ਹਾਂ, ਜ਼ਰੂਰ ਕਾਰਵਾਈ ਕਰਾਂਗੇ। ਜਿਹਨੇ ਬਣਾਇਆ ਜਿੱਥੋਂ ਬਣਿਆ, ਪਰ ਹਜੇ ਉਹਨੂੰ ਮਿਲਿਆ ਨਹੀਂ ਵਰਦੀ ਵਾਲਾ ਕਾਰਡ, ਜੇ ਮਿਲ ਗਿਆ ਤਾਂ ਉਹ ਸਵੇਰੇ ਤੇ ਕੀਤਾ ਜਾਊਗਾ ਜੀ। ਅਤੇ ਸਰ ਗੱਲ ਕਰੀਏ ਅਸਲ ਦੇ ਵਿੱਚ ਇਹ ਨੌਜਵਾਨ ਕੰਮ ਕੀ ਕਰਦਾ ਸੀਗਾ? ਜਾਂ ਇਹ ਵੈਸੇ ਪਹਿਲਾਂ ਕਿਤੇ ਜੋਬ ਲੱਗਾ ਰਿਹਾ, ਪ੍ਰਾਈਵੇਟ ਜੋਬ ਕਰਦਾ ਸੀ, ਕਿਤੇ ਗੰਨ ਮੈਂ ਲੱਗ ਗਿਆ, ਕਿਤੇ ਉਹ ਲੱਗ ਗਿਆ ਫਿਰ। ਠੀਕ ਹੈ, ਠੀਕ ਕਿਹੜੇ ਗੰਨ ਦਾ ਮਾਮਲਾ ਸਰ? ਇਹ ਥਾਣਾ ਡਿਵੀਜ਼ਨ ਨੰਬਰ 5 ਚੌਕੀ ਬੱਸ ਸਟੈਂਡ,
ਤੁਹਾਡਾ ਨਾਮ ਕੀ ਹੈ? ਇਹ ਸਹੀ ਅਮਰਜੀਤ ਸਿੰਘ ਚੌਕੀ ਬੱਸ ਸਟੈਂਡ। ਓਕੇ ਭਾਅ ਜੀ।